ਦੋਸਤੋ ਸਤਿ ਸ਼੍ਰੀ ਅਕਾਲ ਮੈਂ ਮੋਗਤ ਡਾਕਟਰ ਅਮਰੀਕ ਸਿੰਘ ਕੰਡਾ ਤੁਹਾਡੇ ਲਈ ਹਰ ਰੋਜ਼ ਮੈਂ ਕੋਈ ਨਾ ਕੋਈ ਸਿਹਤ ਸੰਬੰਧੀ ਨੁਸਖਾ ਲੈ ਕੇ ਹਾਜ਼ਰ ਹੁੰਦਾ ਹਾਂ ਤੁਸੀਂ ਮੇਰੇ ਅਕਸਰ ਆਰਟੀਕਲਸ ਮੇਰੇ ਮੇਰਾ ਕਾਲਮ ਕੰਡੇ ਦਾ ਕੰਡਾ ਅਖਬਾਰਾਂ ਵਿੱਚ ਤੇ ਮੈਗਜ਼ੀਨਾਂ ਵਿੱਚ ਪੜ੍ਹਦੇ ਰਹਿੰਦੇ ਹੋ ਸਿਹਤ ਸੰਬੰਧੀ ਮੈਟਰ ਤੇ ਕੰਡੇ ਦਾ ਕੰਡਾ ਤੁਸੀਂ ਮੇਰੇ ਰੇਡੀਓ ਤੇ ਪ੍ਰੋਗਰਾਮ ਵੀ ਸੁਣਦੇ ਰਹਿੰਦੇ ਹੋ ਬਹੁਤ ਸਾਰੇ ਦੋਸਤਾਂ ਮਿੱਤਰਾਂ ਜਿਨ੍ਹਾਂ ਕੋਲ ਸਮਾਂ ਨਹੀਂ ਹੁੰਦਾ ਰੇਡੀਓ ਨਹੀਂ ਸੁਣ ਪਾਉਂਦੇ ਤੇ ਉਹ ਉਹਨਾਂ ਲਈ YouTube ਤੇ ਮੈਂ ਇਹ ਇੱਕ ਇੱਕ ਕਰਕੇ ਆਰਟੀਕਲਸ ਬਾਰੇ ਸੋ ਅੱਜ ਜਿਹੜਾ ਆਰਟੀਕਲ ਹੈ ਉਹ ਚਿਹਰੇ ਨੂੰ ਖੂਬਸੂਰਤ ਬਣਾਉਂਦਾ ਨੁਸਖਾ ਹੈ ਉਹ نوٹ ਕਰ ਲਓ ਸਮਗਰੀ ਤਿਲਾਂ ਦਾ ਤੇਲ 260 ਮਿਲੀਗ੍ਰਾਮ ਬੱਕਰੀ ਦਾ ਦੁੱਧ 900 ਮਿਲੀਗ੍ਰਾਮ ਮਜੀਠ ਕਪੂਰ ਕ੍ਰਿਸਟਲ ਕਲੀਅਰ ਮਲੱਠੀ ਲਾਖ ਪਤੰਗ ਕੇਸਰ ਅਸਲੀ 28 ਮਿਲੀਗ੍ਰਾਮ ਇਹ ਸਾਰਾ ਸਮਾਨ 28 ਮਿਲੀਗ੍ਰਾਮ ਲੈਣਾ ਜਮੇਲੀ ਦੇ ਫੁੱਲ ਪਲਾਜ ਦੇ ਫੁੱਲ ਰਕਤ ਚੰਦਨ ਕੁਸਮ ਖਾਸ ਪਦਮਾਖ ਨੀਲ ਕਮਲ ਬੋੜ ਦੀ ਜੜ ਪਾਕੜ ਮੂਲ ਕਮਰ ਕੇਸਰ ਮਹਿੰਦੀ ਅਸਲੀ ਸੋ ਜੰਗਲੀ ਹਲਦੀ دارو ਹਲਦੀ ਅਨੰਤ ਮੂਲ ਇਹ ਸਾਰੀਆਂ ਚੀਜ਼ਾਂ 80 80 ਮਿਲੀਗ੍ਰਾਮ ਚੰਦਨ ਕੇਸਰ ਦੀਆਂ 21 21 ਭਾਵਨਾ ਦੇਣੀਆਂ ਨੇ ਹਰ ਰੋਜ਼ ਇੱਕ ਭਾਵਨਾ ਦੇਣੀ ਹੈ 21 ਦਿਨਾਂ ਬਾਅਦ ਇਹ ਤੇਲ ਤਿਆਰ ਹੋ ਜਾਵੇਗਾ ਸੋਚੇਰੇ ਨੂੰ ਖੂਬਸੂਰਤ ਬਣਾਉਣ ਲਈ ਇਹ ਤੇਲ ਤਿਆਰ ਹੋ ਗਿਆ ਸੋ ਇਦੇ ਫਾਇਦੇ ਕੀ ਕੀ ਨੇ ਇਸ ਤੇਲ ਦੇ ਛੁਰਲੀਆਂ ਹੋਈਆਂ ਛਾਈਆਂ ਪਿੰਪਲ ਮੋਹਾਂ ਸੇ ਕਾਲੇ ਦਾਗ ਤੱਬੇ ਸੂਛੀ ਰੀ ਦੀ ਤ્વਚਾ ਨੂੰ ਸੁੰਦਰ ਚਮਕੀਲਾ ਬਣਾਉਣ ਲਈ ਸਭ ਤੋਂ ਉੱਤਮ ਜੋਗ ਹੈ ਸੋਇਸ ਨੂੰ ਸਵੇਰੇ ਤੇ ਰਾਤ ਨੂੰ ਇਸ ਤੇਲ ਦੀ ਹਲਕੀ ਹਲਕੀ ਮ사ਜ ਕਰੋ ਜਿੱਥੇ ਜਿੱਥੇ ਤੁਹਾਡੇ ਕੋਈ ਫੈਂਸੀ ਆ ਜਾਂ ਸਿੰਪਲ ਹੈ ਜਨ ਸ਼ਾਇਆ ਨੇ ਜਾਂ ਚੁਰੜੀਆ ਨੇ ਉੱਤੇ ਤੁਸੀਂ ਇਹ ਤੇਲ ਲਗਾ ਕੇ ਚਿਹਰੇ ਦੀ ਮ사ਜ ਕਰੋ ਹਲਕੀ ਹਲਕੀ ਤੇ ਥੋੜੇ ਦਿਨਾਂ ਵਿੱਚ ਹੀ ਦੇਖੋ ਚਿਹਰਾ ਬਹੁਤ ਖੂਬਸੂਰਤ ਹੋ ਜਾਵੇਗਾ ਚਮਕੀਲਾ ਹੋ ਜਾਵੇਗਾ ਸੋ ਇਹ ਖੁਦ ਅਪਣਾਓ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸੋ ਸੁਣੋ ਸੁਣਾਓ ਸੋ ਹੋਰ ਵੀ ਬਹੁਤ ਸਾਰੇ ਨੁਸਖੇ ਨੇ ਜਿਹੜੇ ਮੈਂ ਤੁਹਾਡੇ ਲਈ ਪੇਜ ਬਣਾਇਆ ਡਾਕਟਰ ਅਮਰੀਕ ਸਿੰਘ ਕਰ ਲੈਣਾ ਹੈ ਉਹ ਪੇਜ ਫੇਸਬੁਕ ਤੇ ਤੁਸੀਂ ਜਾਓ ਉੱਥੇ ਨੁਸਖੇ ਵੀ ਉਤਾਰ ਸਕਦੇ ਹੋ ਸੋ ਤੰਦਰੁਸਤ ਰਹੋ ਖੁਸ਼ ਰਹੋ ਜੇ ਕਿਸੇ ਨੇ ਮੇਰੇ ਨਾਲ ਸਿਹਤ ਸੰਬੰਧੀ ਗਲਤ ਕਰਨੀ ਹੈ ਮੇਰਾ ਮੋਬਾਈਲ ਨੰਬਰ ਹੈ 98 573586 ਸਤਿ ਸ੍ਰੀ ਅਕਾਲ